ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਾ ਕਰਨ, ਅੱਜ ਮੈਂ ਬੜਿਆਂ ਨੇ ਮੈਨੂੰ ਇੰਸਟਾਗ੍ਰਾਮ 'ਤੇ ਕਮੈਂਟ ਕੀਤਾ ਆ, ਸਵਾਲ ਪੁੱਛੇ ਮੈਨੂੰ 5-6 ਜਣੇ ਦੇ ਅੱਜ ਸਵੇਰ ਦੇ ਆ ਗਏ, ਬਈ ਇਟਲੀ ਵਿੱਚ ਕੰਮਾਂ ਦੇ ਹਾਲਾਤ ਕਿੱਦਾਂ ਦੇ ਆ, ਕਿ ਮੈਂ ਪੇਪਰ ਭਰਾ ਕੇ ਮੈਂ ਇਟਲੀ ਆਉਣਾ, ਕੰਮਾਂ ਦੇ ਹਾਲਾਤ ਕਿੱਦਾਂ ਜੇ ਦੱਸੋ। ਮੈਂ ਸੋਚ ਉਹਨਾਂ ਨੂੰ ਤਾਂ ਮੈਂ ਰਿਪਲਾਈ ਕਰਤਾ, ਮੈਂ ਸੋਚਿਆ ਜੇ ਵੀਡੀਓ ਵੀ ਬਣਾ ਦਾਂ, ਕਿਉਂਕਿ ਹੋਰਾਂ ਦੇ ਵੀ ਦਿਲ 'ਚ ਹੋ ਸਕਦਾ ਕਿ ਇਟਲੀ ਮੈਂ ਜਾਊਂਗਾ, ਉੱਥੇ ਕਿੱਦਾਂ ਦੇ ਕੰਮ ਹੋਣਗੇ ਅਤੇ ਕਿਸ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਰਨੇ ਪੈ ਸਕਦੇ। ਦੇਖੋ, ਇਸ 'ਤੇ ਮੈਂ ਇੱਕ ਵੀਡੀਓ ਵੀ ਬਣਾ ਚੁੱਕਿਆ ਹਾਂ ਕਿ ਤੁਸੀਂ ਕਿੱਦਾਂ ਦੇ ਕੰਮ ਇਟਲੀ ਵਿੱਚ ਤੁਹਾਨੂੰ ਮਿਲ ਸਕਦੇ ਜੇ ਤੁਸੀਂ ਨਵੇਂ ਨਵੇਂ ਆਉਂਦੇ ਹੋ। ਤੁਸੀਂ ਮੈਨੂੰ ਮੇਰੇ ਪੁਰਾਣੀਆਂ ਵੀਡੀਓ 'ਚ ਜਾ ਕੇ ਦੇਖ ਸਕਦੇ, ਮੈਂ ਲਗਭਗ ਇਟਲੀ ਦੇ ਹਰ ਇੱਕ ਤਰ੍ਹਾਂ ਦੀ ਵੀਡੀਓ ਬਣਾ ਚੁੱਕਾ। ਮੈਂ ਨਿਊ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਮੇਰੇ ਜਿਹੜੇ ਨਵੇਂ ਸਬਸਕ੍ਰਾਈਬਰ ਨੇ, ਜਿਹੜੇ ਨਵੇਂ ਹੁਣ ਸਾਡੇ ਚੈਨਲ ਨਾਲ ਜੁੜੇ ਨੇ, ਉਹ ਪੁਰਾਣੀ ਵੀਡੀਓ ਨਹੀਂ ਦੇਖ ਰਹੇ ਨੇ ਅਤੇ ਉਹ ਵਾਰ ਵਾਰ ਇੱਕੋ ਸਵਾਲ ਹੀ ਰਿਪੀਟ ਕਰ ਰਹੇ ਨੇ। ਸੋ ਮੈਂ ਇਸ ਵੀਡੀਓ 'ਚ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਾਂਗਾ ਕਿ ਇਟਲੀ ਵਿੱਚ ਕਿੱਦਾਂ ਦੇ ਕੰਮ ਨੇ ਅਤੇ ਤੁਹਾਨੂੰ ਕਿਹੜਾ ਕੰਮ ਮਿਲ ਸਕਦਾ ਆ। ਦੇਖੋ, ਜੇ ਤੁਸੀਂ 9 ਮਹੀਨੇ ਰਾਹੀਂ ਪੇਪਰ ਰਾਹੀਂ ਆਏ ਹੋ, ਤੁਸੀਂ ਖੇਤੀਬਾੜੀ ਦਾ ਹੀ ਕੰਮ ਕਰੋਗੇ, ਨੋਰਮਲ ਆ ਖੇਤੀਬਾੜੀ 'ਚ। ਇੱਥੇ ਫਰੂਟ ਦਾ ਹੈਗਾ ਆ, ਜਿੱਦਾਂ ਲਾ ਲਓ ਖਰਬੂਜੇ ਦਵਾਣੇ ਹੈਗੇ ਆ, ਸੇਬਾਂ ਦਾ ਵੀ ਹੈਗਾ, ਕੀਵੀ ਵੀ ਹੈਗੀ ਆ, ਬਸ ਬਹੁਤ ਕੰਮ ਆ। ਵੈਜੀਟੇਰੀਅਨ ਜਿੱਦਾਂ ਟਮਾਟਰ ਤੋੜਦੇ ਵੀ ਆ, ਬਹੁਤ ਸਬਜ਼ੀ ਹਰ ਇੱਕ ਇੱਥੇ ਤੁਹਾਨੂੰ ਮਿਲ ਜਾਏਗਾ, ਤੁਹਾਨੂੰ ਤੋੜਨ ਦਾ ਕੰਮ ਔਖੇ ਕੰਮ ਆ। ਇਹ ਨਹੀਂ ਮੈਂ ਕਹਿ ਰਿਹਾ ਬਹੁਤ ਸੌਖਾ ਕੰਮ, ਖਰਬੂਜਾ ਦਵਾਉਣਾ ਤੁਸੀਂ ਲੱਕ ਕੋਡਾ ਕਰਕੇ ਚੱਕਣਾ ਪਾਉਣਾ ਬਹੁਤ ਔਖਾ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ। ਮੈਂ ਇਸ 'ਤੇ ਕੋਸ਼ਿਸ਼ ਕਰਾਂਗਾ, ਜਿਹੜੇ ਖੇਤੀਬਾੜੀ ਦੇ ਕੰਮ 'ਤੇ ਮੈਂ ਜਾ ਕੇ ਪੂਰੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਕੰਮ ਕਰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਕਿ ਤੁਸੀਂ ਦੇਖਣਾ ਚਾਹੁੰਦੇ ਹੋ ਇਟਲੀ ਦੇ ਕੰਮ ਕਿੱਦਾਂ ਦੇ ਨੇ, ਅਤੇ ਮੈਂ ਇੱਥੇ ਇੱਕ ਵੀਡੀਓ ਬਣਾਵਾਂਗਾ ਅਤੇ ਤੁਹਾਨੂੰ ਦਿਖਾਊਂਗਾ ਕਿੱਦਾਂ ਕਿੰਨਾ ਔਖਾ ਕੰਮ ਹੈ। ਕਹਿਣਾ ਸੌਖਾ ਹੈ ਕਿ 1-2 ਲੱਖ ਬੰਦਾ ਮਹੀਨੇ ਦਾ ਕਮਾ ਲੈਂਦਾ, ਪਰ ਜਿਹੜਾ ਕਰਦਾ ਉਹਨੂੰ ਪਤਾ ਆ ਉਹਦੇ ਲੱਕ ਦਾ ਕੀ ਬਣਦਾ ਆ, ਠੀਕ ਹੈ ਨਾ। ਮੇਨ ਐਗਰੀਕਲਚਰ ਵਾਲਾ ਇਹੀ ਕੰਮ ਹੁੰਦੇ, ਬਾਅਦ ਜਾਂ ਫਿਰ ਡੇਅਰੀ ਦਾ ਕੰਮ ਹੁੰਦਾ, ਡੇਅਰੀ ਮਤਲਬ ਮੱਝਾਂ ਵਾਲਾ। ਇਹ ਇੰਡੀਆ ਵਰਗੀਆਂ ਮੱਝਾਂ ਨਹੀਂ ਹੁੰਦੀਆਂ ਜਿੱਦਾਂ ਗਾਵਾਂ ਮੱਝਾਂ ਜੋ ਤੁਸੀਂ ਕਹਿ ਰਹੇ ਹੋ, ਆਪਣਾ ਬਣਾਇਆ ਉਹ ਇੰਡੀਆ ਵਰਗਾ ਨਹੀਂ ਹੈਗਾ ਕਿ ਇੱਕ ਇੱਕ ਦੋ ਦੋ ਰੱਖਦੇ, ਇੱਥੇ 300, 400, 100, ਮਤਲਬ 100 ਤੋਂ ਉੱਪਰ ਹੀ ਹੁੰਦੀਆਂ, ਕਈ 70, 100, 150, 200 ਹੁੰਦੀਆਂ, ਅਤੇ ਹੱਥਾਂ ਨਾਲ ਚੁਆਈ ਬਹੁਤ ਘੱਟ ਹੁੰਦੀ, ਮਸ਼ੀਨਾਂ ਨਾਲ ਹੁੰਦੀਆਂ ਕਿ ਤੁਸੀਂ ਥਾਣਾਂ ਨੂੰ ਮਸ਼ੀਨਾਂ ਲਾਉਂਦੇ ਤਾਂ ਆਟੋਮੈਟਿਕ ਜਾਣਾ। ਇਸ 'ਤੇ ਵੀ ਮੈਂ ਵੀਡੀਓ ਬਣਾਊਂਗਾ, ਪਰ ਇਹ ਸੈਕਿੰਡ ਕੰਮ ਇਹ ਹੁੰਦਾ ਹੈ ਜਿਹੜਾ ਆਈ ਥਿੰਕ ਸਹੀ ਕੰਮ ਆ ਬਾਕੀ ਕੰਮਾਂ ਨਾਲ, ਜਿਹੜੇ ਤੁਸੀਂ ਫਰੂਟ ਦਾ, ਕਿਉਂਕਿ ਫਰੂਟ ਵਾਲਾ ਕੰਮ ਮੀਂਹ ਹੋਇਆ, ਧੁੱਪ ਹੋਈ ਜਾਂ ਫਿਰ ਕੁਛ ਵੀ ਹੋਇਆ, ਤੁਸੀਂ ਉਹਦੇ ਥੱਲੇ ਕੰਮ ਕਰਨਾ, ਬਹੁਤ ਤੁਹਾਡਾ ਸਰੀਰ ਖਰਾਬ ਹੁੰਦਾ ਆ ਅਤੇ ਸਾਰਾ ਸਰੀਰ ਥੱਕ ਵੀ ਜਾਂਦਾ। ਦੇਖੋ, ਬਰਫ਼ ਪਈ ਹੋਵੇ ਭਾਵੇਂ ਮੀਂਹ ਪੈ ਹੋਵੇ, ਤੁਸੀਂ ਫਿਰ ਵੀ ਆਪਣਾ ਕੰਮ ਕਰਨਾ ਹੈ, ਰੋਕ ਨਹੀਂ ਸਕਦੇ। ਇਹ ਇੰਡੀਆ ਵਰਗਾ ਨਹੀਂ ਹੈਗਾ ਮੀਂਹ ਪੈ ਗਿਆ ਚਲੋ ਘਰਾਂ ਨੂੰ। ਸੋ ਇੱਥੇ ਕੰਪਲੀਟ ਕਰਦੇ ਨੇ, ਚਿੱਕੜ ਵਿੱਚ ਕੰਮ ਕਰਦੇ, ਮੀਂਹ ਵਿੱਚ ਕੰਮ ਕਰਦੇ ਨੇ, ਬਹੁਤ ਔਖੇ ਕੰਮ ਆ ਵਾਲੇ। ਸੋ ਜੇ ਬਾਅਦ ਚਾਂਸ ਇਹ ਖੇਤੀਬਾੜੀ ਵਾਲਾ ਕੰਮ ਨਹੀਂ ਕਰਨਾ ਚਾਹੁੰਦੇ, ਐਗਰੀਕਲਚਰ ਵਾਲਾ ਕੰਮ ਨਹੀਂ ਕਰਨਾ ਚਾਹੁੰਦੇ, ਸੈਕਿੰਡ 'ਤੇ ਇੱਥੇ ਫੈਕਟਰੀਆਂ, ਬਹੁਤ ਫੈਕਟਰੀਆਂ ਨੇ, ਫਰਮਾਜੋ ਦੀ ਫੈਕਟਰੀ ਹੈਗੀ, ਫਰਮਾਜੋ ਮਤਲਬ ਇੱਥੇ ਦੁੱਧ ਦਾ ਮੱਖਣ ਟਾਈਪ, ਮੱਖਣ ਕਹਿੰਦਾ, ਹਾਂ ਮੱਖਣ ਹੀ ਕਹਿ ਸਕਦੇ ਹੋ, ਬਣਦਾ ਫਰਮਾਜੋ ਇੰਡੀਆ। ਆਈ ਥਿੰਕ ਬਹੁਤ ਘੱਟ ਲੋਕਾਂ ਨੂੰ ਪਤਾ ਫਰਮਾਜੋ ਬਾਰੇ, ਦੁੱਧ ਦੀ ਬਣਦੀ ਆ, ਉਹਦੀ ਫੈਕਟਰੀ ਹੈਗੀ ਆ। ਜਰਾਬਾ ਜਿਹੜੀ ਲੋਂਬਰ ਦੀ ਸਾਈਡ ਆ ਜਿੱਥੇ ਮੈਂ ਰਹਿ ਰਿਹਾ, ਇੱਥੇ ਜਰਾਬਾ ਦੀ ਬਹੁਤ ਆ, ਲੇਡੀਜ਼ ਜਰਾਬਾ ਹੁੰਦੀਆਂ ਜਿਹੜੀਆਂ, ਉਹਦੀ ਬਹੁਤ ਫੈਕਟਰੀਆਂ ਨੇ, ਕਿਤੇ ਸੀਂਦੇ ਨੇ, ਕਿਤੇ ਬਣਾਉਂਦੇ ਨੇ, ਕਿਤੇ ਰੰਗ ਕਰਦੇ ਨੇ। ਸੋ ਇਹਨਾਂ ਦੀ ਤਨਖਾਹ ਵੀ ਸਹੀ ਹੁੰਦੀ ਹੈ, ਕੰਟਰੈਕਟ ਵੀ ਸਹੀ ਹੁੰਦੇ ਨੇ, 3-3 ਸਾਲਾਂ ਦੇ ਕੰਟਰੈਕਟ ਕਰਦੇ ਨੇ ਕਿ ਤੁਸੀਂ ਲਗਾਤਾਰ ਇੱਕ ਫੈਕਟਰੀ 'ਚ 3 ਸਾਲ ਵਿੱਚ ਰਹਿਣਾ। ਕਈ ਜਿਹੜੀਆਂ ਨਵੀਆਂ ਵੱਡੀਆਂ ਫੈਕਟਰੀਆਂ ਨੇ ਇਟਲੀ ਵਿੱਚ, ਉਹ ਹਫ਼ਤੇ 2 ਹਫ਼ਤੇ ਦੇ ਕੰਟਰੈਕਟ ਕਰਦੇ ਨੇ ਕਿ ਤੁਸੀਂ 2-2 ਹਫ਼ਤੇ ਵਿੱਚ ਕੰਮ ਕਰੋਗੇ। ਜਿਹੜਾ ਖੇਤੀਬਾੜੀ ਵਾਲਾ ਆ ਉਹ ਲਗਭਗ 6 ਮਹੀਨੇ ਦਾ ਹੁੰਦਾ ਆ ਜਾਂ 9 ਮਹੀਨੇ ਵਾਲਾ ਹੁੰਦਾ ਆ ਕੰਟਰੈਕਟ, ਜਿਹੜਾ ਕਿਉਂਕਿ ਸੀਜ਼ਨ ਕੰਮ ਹੁੰਦਾ, ਸੀਜ਼ਨ ਤੋਂ ਬਾਅਦ ਉਹ ਤੁਹਾਨੂੰ ਘਰ ਭੇਜ ਦਿੰਦੇ। ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਦਾ ਫੀਸੋ ਕੰਮ ਹੁੰਦਾ, ਮਤਲਬ ਰੈਗੂਲਰ ਕੰਮ ਹੁੰਦਾ ਕਿ ਉਹਨੇ ਪੱਕਾ ਉਹ ਕੰਮ 'ਤੇ ਰਹਿਣਾ, ਕਿਉਂਕਿ ਜਦੋਂ ਖੇਤੀ ਹੋ ਵੀ ਜਾਂਦੀ, ਮਤਲਬ ਤੁਸੀਂ ਫਰੂਟ ਉਗਾਇਆ, ਫਿਰ ਤੁਸੀਂ ਤੋੜ ਵੀ ਲਿਆ, ਬਾਅਦ 'ਚ ਫਿਰ ਜ਼ਮੀਨ ਨੂੰ ਵਾਹੁੰਦੇ ਨੇ, ਸਹੀ ਸਹੀ ਕਰਦੇ ਨੇ, ਫਿਰ 4-5 ਬੰਦੇ ਉਹ ਪੱਕੇ ਰੱਖ ਲੈਂਦੇ ਨੇ। ਜਿਹੜੇ ਬਾਕੀ ਬੰਦੇ ਹੁੰਦੇ ਨੇ ਕੰਮ ਕਰਦੇ ਨੇ, ਬਾਅਦ 'ਚੋਂ ਉਹਨਾਂ ਨੂੰ ਛੁੱਟੀਆਂ ਮਿਲ ਜਾਂਦੀਆਂ, ਉਹ ਇੰਡੀਆ ਚਲ ਜਾਂਦੇ ਨੇ, ਜੋ ਵੀ ਵਾਪਸ ਆਉਂਦੇ ਨੇ ਅਗਲਾ ਸੀਜ਼ਨ ਲਾਉਂਦੇ ਨੇ। ਇਸੇ ਤਰ੍ਹਾਂ ਉਹ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ, 6 ਮਹੀਨੇ ਇੱਥੇ ਰਹਿੰਦੇ, 6 ਮਹੀਨੇ ਇੰਡੀਆ ਰਹਿੰਦੇ, ਕਈ 8 ਮਹੀਨੇ ਇੱਥੇ ਰਹਿੰਦੇ, 4 ਮਹੀਨੇ ਇੰਡੀਆ ਰਹਿੰਦੇ ਨੇ।
ਸੋ ਇਹ ਜਿਹੜੇ ਮੇਨ ਕੰਮ ਇਹੀ ਹੈ, ਮੇਨ ਖੇਤੀਬਾੜੀ ਦੇ ਅੰਦਰ ਫੈਕਟਰੀ, ਫੈਕਟਰੀ ਦੇ ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਮਿਲ ਜਾਏਗੀ। ਜੇ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਇਲੈਕਟ੍ਰੋਨਿਕ ਲਾ ਲਓ ਜਾਂ ਪਲਾਸਟਿਕ ਦੀ ਫੈਕਟਰੀ ਲਾ ਲਓ, ਤੁਸੀਂ ਲੋਹੇ ਵਾਲਾ ਕੰਮ ਕਰਨਾ, ਭਾਰਾ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਮਿਲ ਜਾਂਦਾ। ਬਸ ਫੈਕਟਰੀ ਵਾਲੇ ਇੱਕੋ ਚੀਜ਼ ਕਹਿੰਦੇ ਨੇ, ਤੁਹਾਨੂੰ ਇਟਾਲੀਅਨ ਆਉਣੀ ਚਾਹੀਦੀ ਹੈ, ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ ਮੇਨ, ਜਿਹੜਾ ਕਿਉਂਕਿ ਤੁਸੀਂ ਘਰ ਆ ਜਾ ਸਕੋ। ਮੇਨ ਚੀਜ਼ਾਂ ਜਿਹੜੇ ਫੈਕਟਰੀ ਵਾਲੇ ਮੰਗਦੇ ਨੇ, ਜੋ ਨਵਾਂ ਬੰਦਾ ਨੋਰਮਲੀ ਨਹੀਂ ਲਿਆ ਸਕਦਾ, ਕਿ ਤੂੰ ਨਾ ਉਹਨੂੰ ਬੋਲੀ ਜਾਂਦੀ ਹੋਣੀ ਨਾ ਕੋਈ ਲਾਇਸੈਂਸ ਹੁੰਦਾ ਆ। ਸੋ ਜੇ ਤੁਹਾਨੂੰ ਇਹ ਵੀਡੀਓ ਸਮਝ ਲੱਗੀ ਹੋਈ ਕਿ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਦਾ, ਕਿ ਇੱਥੇ ਸੌਖੇ ਕੰਮ ਵੀ ਹੈਗੇ ਨੇ, ਔਖੇ ਕੰਮ ਵੀ ਹੈਗੇ, ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ, ਕੰਮ ਤੁਹਾਨੂੰ ਮਿਲ ਵੀ ਜਾਏਗਾ। ਇਹ ਨਾ ਸੋਚੋ ਕਿ ਤੁਸੀਂ ਕਿਤੇ ਗਏ ਹੋ, ਤੁਸੀਂ 4 ਸਾਲ, ਤੁਸੀਂ ਸੁਣਿਆ ਹੋਣਾ ਕਿ ਬਹੁਤ ਬੰਦੇ ਉੱਥੇ ਵਿਹਲੇ ਘੁੰਮ ਰਹੇ ਨੇ, 6 ਮਹੀਨੇ 7 ਮਹੀਨੇ, ਕਿ ਉਹਨਾਂ ਨੂੰ ਕੰਮ ਨਹੀਂ ਮਿਲਿਆ ਹੈਗਾ। ਇੱਥੇ ਜੇ ਤੁਹਾਡੇ ਕੋਲ ਪੇਪਰ ਹੈਗੇ ਨੇ, ਸਾਰਾ ਕੁਝ ਹੈਗਾ, ਤੁਸੀਂ ਔਨਲਾਈਨ ਕੰਮ ਵੀ ਸਰਚ ਕਰ ਸਕਦੇ। ਦੇਖੋ ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿਖਾ ਦਾਂਗਾ, ਤੁਸੀਂ ਔਨਲਾਈਨ ਕੰਮ ਕਿੱਦਾਂ ਲੱਭ ਸਕਦੇ ਹੋ। ਤੁਸੀਂ ਔਨਲਾਈਨ ਹੀ ਸਾਰੇ ਐਪਲੀਕੇਸ਼ਨ ਭੇਜਣੇ ਹੁੰਦੇ, ਤੁਹਾਨੂੰ ਫੋਨ ਆਏਗਾ, ਫਿਰ ਆਫਿਸ 'ਚ ਬੁਲਾਉਣਗੇ। ਮੈਂ ਵੀ ਜਿਹੜਾ ਕੰਮ ਇਸ ਟਾਈਮ ਕਰ ਰਿਹਾ, ਮੈਂ ਵੀ ਔਨਲਾਈਨ ਹੀ ਸਰਚ ਕੀਤਾ ਸੀ, ਤਾਂ ਮੈਂ ਬਹੁਤ ਖੁਸ਼ ਹਾਂ, ਜਿਹੜਾ ਮੈਨੂੰ ਕੰਮ ਮਿਲਿਆ, ਇੰਨਾ ਭਾਰਾ ਵੀ ਨਹੀਂ ਹੈਗਾ, ਆਰਾਮ ਵਾਲਾ ਕੰਮ ਆ, ਭਾਵੇਂ ਮੈਨੂੰ ਸੈਲਰੀ ਥੋੜ੍ਹੀ ਘੱਟ ਮਿਲਦੀ ਹੈ, ਪਰ ਖੁਸ਼ੀ ਵਾਲਾ ਕੰਮ ਆ, ਮੈਨੂੰ ਮੇਰੇ ਮਨਪਸੰਦ ਦਾ ਕੰਮ ਹੈ, ਠੀਕ ਆ। ਸੋ ਇਸੇ ਤਰ੍ਹਾਂ ਦੀਆਂ ਮੈਂ ਹੋਰ ਵੀਡੀਓ ਲਿਆਉਂਦਾ ਰਹਾਂਗਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ, ਕਿ ਸਭ ਨੂੰ ਪਤਾ ਲੱਗੇ ਇਸ 'ਤੇ ਕਿ ਇਸ ਤਰ੍ਹਾਂ ਦੇ ਕੰਮ ਮਿਲਦੇ ਨੇ।